ਸੈਸ਼ਨ ਦੀ ਲਾਸਟ ਐਕਸਰਸਾਈਜ਼ 9.5 ਕਰਦੇ ਪਏ ਹਾਂ, ਕੱਲ ਤੋਂ ਸਟਾਰਟ ਕੀਤੀ ਹੈ। ਜਿਹੜੇ ਕੱਲ ਨਹੀਂ ਆਏ ਸੀ ਉਹਨਾਂ ਨੂੰ ਆਪਾਂ ਥੋੜਾ ਜਿਹਾ ਰਿਵਾਈਜ਼ ਕਰਵਾ ਦਈਏ। ਆਪਾਂ ਇਹ ਜਿਹੜੀ ਨਵੀਂ ਤਰ੍ਹਾਂ ਦੀ ਇਕੁਏਸ਼ਨ ਕਰਨ ਲੱਗੇ ਹੈ, ਇਹਨੂੰ ਕਹਿੰਦੇ ਆਪਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ। ਇਹਨੂੰ ਦੇਖਣ ਦਾ ਕਿਵੇਂ ਪਤਾ ਚੱਲਣਾ? ਜਦੋਂ ਆਪਣੇ ਕੋਲ ਸ਼ਕਲ ਹੋਵੇ ਡੀ ਵਾਈ ਬਾਈ ਡੀ ਐਕਸ ਪਲੱਸ ਪੀ ਵਾਈ ਬਰਾਬਰ ਕਿਊ, ਮਤਲਬ ਡੀ ਵਾਈ ਬਾਈ ਡੀ ਐਕਸ ਇਕੱਲਾ ਚਾਹੀਦਾ। ਦੂਜੀ ਗੱਲ, ਦੂਜੇ ਨੰਬਰ ਤੇ ਆਪਾਂ ਨੂੰ ਇੱਕ ਇਕੱਲੀ ਵਾਈ ਚਾਹੀਦੀ ਹੈ, ਤੇ ਨਾਲ ਕੋਈ ਵੀ ਫੰਕਸ਼ਨ ਐਕਸ ਦਾ ਹੋ ਸਕਦਾ, ਟੈਨ ਐਕਸ, ਕੋਸ ਐਕਸ, ਇਕੱਲਾ ਐਕਸ ਹੋਵੇ, ਕੁਛ ਵੀ ਨਾ ਹੋਵੇ, ਇੱਕ ਹੋਵੇ, ਦੋ ਹੋਵੇ, ਚਾਰ ਹੋਵੇ, ਕੁਛ ਵੀ, ਉਹਨੂੰ ਆਪਾਂ ਕਹਿੰਦੇ ਹਾਂ ਫੰਕਸ਼ਨ ਆਫ ਐਕਸ। ਉਹ ਕੀ ਦੀ ਵੈਲਿਊ ਹੋ ਜਾਊਗੀ? ਪੀ। ਤੇ ਬਰਾਬਰ ਤੋਂ ਬਾਅਦ ਵੀ ਜਿਹੜੀ ਚੀਜ਼ ਲਿਖੀ ਹੋਊਗੀ ਉਹ ਐਕਸ ਦੀ ਹੀ ਹੋਊਗੀ, ਵਾਈ ਚ ਨਹੀਂ ਲਿਖੀ ਹੋ ਸਕਦੀ। ਜਿਵੇਂ ਇੱਥੇ ਇੱਧਰ ਜੋ ਵੀ ਲਿਖਿਆ ਉਹ ਐਕਸ ਦਾ ਹੀ ਲਿਖਿਆ, ਐਕਸ ਦਾ ਲਿਖਿਆ ਨਾ, ਤੇ ਇਹਨੂੰ ਕੀ ਕਹਿੰਦੇ ਆ? ਫੰਕਸ਼ਨ ਆਫ ਐਕਸ। ਇਹ ਕਿੰਦੀ ਵੈਲਿਊ ਹੋ ਜਾਊਗੀ? ਕਿਊ। ਪੀ ਤੇ ਕਿਊ ਦੀ ਵੈਲਿਊ ਕੱਢ ਕੇ ਉਸ ਤੋਂ ਬਾਅਦ ਆਪਾਂ ਇੱਕ ਇੰਟੀਗ੍ਰੇਟਿੰਗ ਫੈਕਟਰ ਕੱਢਣਾ, ਉਹਨੂੰ ਸਾਰਿਆਂ ਨਾਲ ਮਲਟੀਪਲਾਈ ਕਰਕੇ ਆਪਣਾ ਸੋਲੂਸ਼ਨ ਆ ਜਾਣਾ। ਠੀਕ ਹੈ, ਇਹ ਮੋਟਾ ਮੋਟਾ ਦੇਸੀ ਤਰੀਕਾ। ਹੁਣ ਆਪਾਂ ਕੁਐਸਚਨ ਕਰਨ ਲੱਗੇ ਹਾਂ, ਧਿਆਨ। ਆਪਾਂ ਜਿਵੇਂ ਕਹਿੰਦੇ ਕਿ ਇੱਥੇ ਡੀ ਵਾਈ ਬਾਈ ਡੀ ਐਕਸ ਇਕੱਲਾ ਚਾਹੀਦਾ, ਪਰ ਇਸ ਵਾਰ ਜੇ ਡੀ ਵਾਈ ਬਾਈ ਡੀ ਐਕਸ ਨਾਲ ਕੋਈ ਚੀਜ਼ ਲਿਖੀ ਹੋਈ ਹੈ ਤਾਂ ਆਪਾਂ ਇਹਨੂੰ ਖਤਮ ਕਰਨੀ ਹੈ, ਤਾਂ ਉਡਾਉਣਾ ਹੈ। ਉਡਾਉਣ ਦਾ ਕੀ ਤਰੀਕਾ? ਜੇ ਉੱਪਰ ਵੀ ਕਹਿੰਦਾ ਥੱਲੇ ਵੀ ਡਿਵਾਈਡ ਕਰ ਦੇਣਾ। ਲੇਕਿਨ ਮੈਥ ਵਿੱਚ ਇੱਕ ਚੀਜ਼ ਪੱਕੀ ਹੈ ਕਿ ਸਾਰੀ ਚੀਜ਼ ਇੱਕ ਬੰਦੇ ਨੂੰ ਨਹੀਂ ਦਿੱਤੀ ਜਾਂਦੀ, ਸਾਰਿਆਂ ਨੂੰ ਵੰਡ ਵੰਡ ਕੇ ਹੀ ਦੇਣੀ ਪੈਂਦੀ। ਇਸਦਾ ਮਤਲਬ ਜੇ ਇੱਥੇ ਡਿਵਾਈਡ ਕਰੂੰਗੀ ਤੇ ਇੱਥੇ ਵੀ ਰਕਮ ਨੂੰ ਡਿਵਾਈਡ ਕਰਨੀ ਪਊਗੀ, ਦੂਜੀ ਰਕਮ ਨਾਲ ਵੀ ਤੇ ਤੀਜੀ ਨਾਲ ਵੀ ਡਿਵਾਈਡ ਕਰਨਾ ਪਊਗਾ। ਹੁਣ ਲਿਖਣ ਦਾ ਤਰੀਕਾ, ਡਿਵਾਈਡ ਬਾਏ ਕੋਸ ਸਕੁਅਰ। ਇਹਨਾਂ ਇੰਪ੍ਰੈਸ਼ਨ ਤੁਹਾਡਾ ਵਧੀਆ ਬਣੇ। ਕੋਸ ਸਕੁਅਰ ਐਕਸ ਵਟੇ ਕੋਸ ਸਕੁਅਰ ਐਕਸ। ਦੂਜੀ ਗੱਲ, ਕਲੀਅਰ ਕੱਟ ਲਿਖਿਆ ਹੋਣਾ ਚਾਹੀਦਾ, ਕੀੜੀਆਂ ਨਹੀਂ ਮਾਰੀਆਂ ਤੇ ਵਿੱਚ ਵਿੱਚ ਨਹੀਂ ਲਿਖੀਦਾ। ਮੇਰੀ ਗੱਲ ਦੇਖੋ ਬਿਲਕੁਲ ਕਲੀਅਰ ਹੈ, ਆਹ ਕੋਸ ਸਕੁਅਰ ਐਕਸ ਉੱਪਰ ਹੈ, ਵਟੇ ਥੱਲੇ ਪਾਏ, ਡੀ ਵਾਈ ਬਾਈ ਡੀ ਐਕਸ ਥੋੜੀ ਜਿਹੀ ਜਗ੍ਹਾ ਛੱਡ ਕੇ ਲਿਖੀ, ਅੱਗੇ ਪਾਇਆ ਪਲੱਸ, ਅੱਗੇ ਹੁਣ ਇੱਕ ਵਟੇ ਕੋਸ ਸਕੁਅਰ ਐਕਸ ਤੇ ਨਾਲ ਕੀ ਲਿਖਿਆ? ਵਾਈ। ਚਾਹੇ ਵਾਈ ਦੇ ਥੱਲੇ ਲਿਖ ਲਓ, ਇੱਕੋ ਹੀ ਗੱਲ। ਅੱਗੇ ਕੀ ਹੈ? ਬਰਾਬਰ। ਅੱਗੇ ਕੀ ਹੈ? ਟੈਨ ਐਕਸ, ਟੈਨ ਐਕਸ ਦੇ ਥੱਲੇ ਲਿਖਿਆ ਕੋਸ ਸਕੁਅਰ ਐਕਸ। ਹੁਣ ਆ ਕੋਸ ਸਕੁਅਰ ਐਕਸ ਕੱਟੇ ਗਏ, ਇਕੱਲਾ ਰਹਿ ਗਿਆ ਡੀ ਵਾਈ ਬਾਈ ਡੀ ਪਲੱਸ ਇੱਕ ਵਟੇ ਕੋਸ ਸਕੁਅਰ ਐਕਸ ਨੂੰ ਆਪਾਂ ਕੀ ਕਹਿੰਦੇ ਹਾਂ? ਸੀਕੈਂਟ ਸਕੁਅਰ ਐਕਸ। ਕੋਸ ਦਾ ਉਲਟ ਹੁੰਦਾ ਸੀਕੈਂਟ, ਸੀਕੈਂਟ ਸਕੁਅਰ ਐਕਸ, ਕਿਉਂਕਿ ਪਾਵਰ ਦੋ ਸੀ, ਇੱਥੇ ਵੀ ਦੋ ਤੇ ਨਾਲ ਪਾਈ ਬਰਾਬਰ। ਹੁਣ ਟੈਨ ਐਕਸ ਉਵੇਂ ਹੀ ਹੈ, ਕੋਸ ਸਕੁਅਰ ਐਕਸ ਆਪਾਂ ਹੁਣ ਇਹ ਕੀ ਕਹਿੰਦੇ ਹਾਂ? ਸੀਕੈਂਟ ਸਕੁਅਰ। ਹੁਣ ਇਹਨੂੰ ਕੰਪੇਅਰ ਕਰਨਾ, ਕੰਪੇਅਰ ਇਟ ਵਿਦ ਡੀ ਵਾਈ ਬਾਈ ਡੀ ਐਕਸ ਪਲੱਸ ਪੀ ਵਾਈ ਬਰਾਬਰ ਕਿਊ। ਕਿਉਂ ਕਰਨਾ? ਕਿਉਂਕਿ ਪੀ ਤੇ ਕਿਊ ਦੇ ਮੁੱਲ ਕੱਢਣੇ ਇੱਥੋਂ ਦੇਖ ਕੇ ਕਿ ਪੀ ਦਾ ਕਿਹੜਾ ਮੁੱਲ ਬਣਿਆ, ਕਿਊ ਦਾ ਕਿਹੜਾ। ਹਾਂ, ਸੀਕੈਂਟ ਸਕੁਅਰ। ਇਹ ਚਾਹੇ ਤੁਸੀਂ ਕੱਲ ਆਏ ਹੋ ਨਹੀਂ ਆਏ ਹੋ, ਇਹ ਤਾਂ ਆਪਾਂ ਛੋਟਾ ਦੂਜੀ ਦਾ ਬੱਚਾ ਵੀ ਦਿਖਾ ਦੂਗਾ। ਇਹ ਪਹਿਲੀ ਰਕਮ ਕਿਆ ਲਿਖੀ ਹੈ, ਦੂਜੇ ਨੰਬਰ ਤੇ ਪਲੱਸ ਪਾਇਆ, ਤੀਜੇ ਨੰਬਰ ਤੇ ਪੀ ਲਿਖਿਆ, ਤੇ ਤੀਜੇ ਨੰਬਰ ਤੇ ਕੀ ਲਿਖਿਆ? ਸੀਕੈਂਟ ਸਕੁਅਰ ਐਕਸ, ਯਾਨੀ ਕਿ ਪੀ ਦਾ ਮੁੱਲ ਹੋ ਗਿਆ ਸੀਕੈਂਟ ਸਕੁਅਰ ਐਕਸ। ਹਾਂਜੀ, ਕਰਨ ਕਿਊ ਦਾ ਮੁੱਲ ਕਿੰਨਾ? ਕਿਊ ਬਰਾਬਰ ਤੋਂ ਬਾਅਦ ਲਿਖਿਆ,
ਸ਼ਾਰਟਕਟ ਆਈ ਐਫ ਲਿਖ ਸਕਦੇ ਕਿਵੇਂ ਕੱਢਣਾ ਈ ਸਿਰ ਦੇ ਉੱਪਰ ਇੰਟੈਗਰਲ ਈ ਟੀ ਐਸ ਇਹ ਫਾਰਮੂਲਾ ਇੱਥੇ p ਦਾ ਮੁੱਲ ਭਰਨ ਲਈ ਆਪਾਂ ਕੱਢਦੇ ਹਾਂ ਨਹੀਂ ਤਾਂ ਆਪਾਂ ਨੂੰ ਕੱਢਣ ਦੀ ਲੋੜ ਨਹੀਂ p ਕਿਉਂ ਦਾ ਮੁੱਲ ਕਿਉਂਕਿ ਆਪਾਂ ਨੂੰ ਇੱਥੇ ਭਰਨਾ ਪੈਂਦਾ ਸੋਚਣ ਦੀ ਲੋੜ ਨਹੀਂ ਸਿੱਧਾ ਇੰਟੈਗਰਲ ਦੂਜੀ ਗੱਲ ਮੇਰਾ ਜਿਹੜਾ ਇੰਟੈਗਰਲ ਉਹ ਸਿਰ ਤੇ ਸਾਫ ਪਤਾ ਲੱਗਦਾ ਸਿਰ ਤੇ ਕਿ ਨਾਲ ਬਿਠਾਇਆ ਸਿਰ ਤੇ ਹੈ ਨਾ ਤੁਹਾਡਾ ਵੀ ਇਹਨੇ ਕਲੀਅਰ ਕੱਟ ਸਿਰ ਤੇ ਦਿਖਣਾ ਚਾਹੀਦਾ p ਦਾ ਕਿੰਨਾ ਮੁੱਲ ਹੈ secant square x dx ਮੇਰਾ tan ਹੁਣ secant square x ਇੰਟੈਗਰਲ ਮੈਨੂੰ ਯਾਦ ਹੈ ਤੇ ਇਹਦਾ ਕੀ ਹੁੰਦਾ ਹੈ tan x ਆ ਇੰਟੀਗ੍ਰੇਟਿੰਗ ਫੈਕਟਰ ਆ ਗਿਆ ਆਪਣੇ ਕੋਲ e ਦੇ ਸਿਰ ਤੇ tan x ਹਾਂਜੀ ਠੀਕ ਹੈ ਜੀ ਹੁਣ ਸੋਲੂਸ਼ਨ ਲਿਖਣ ਦੀ ਸੋਲੂਸ਼ਨ ਕੀ ਹੈ y y ਠੀਕ ਹੈ ਨਾਲ ਇੰਟੀਗ੍ਰੇਟਿੰਗ ਫੈਕਟਰ ਜੋ ਲਿਖਿਆ e tan x ਬਰਾਬਰ ਇੰਟੈਗਰਲ ਇਹਦੇ ਅੰਦਰ ਲਿਖਣਾ ਆਪਾਂ ਕਿਊ ਤੇ ਇੰਟੀਗ੍ਰੇਟਿੰਗ ਫੈਕਟਰ ਤਾਂ ਹੀ ਆਪਾਂ p ਤੇ q ਦੋਵਾਂ ਦਾ ਮੁੱਲ ਕੱਢਦੇ ਹਾਂ p ਦਾ ਮੁੱਲ ਇੱਥੇ ਵਰਤਿਆ ਜਾਂਦਾ ਹੈ q ਦਾ ਮੁੱਲ ਸੋਲੂਸ਼ਨ ਵਿੱਚ ਫਿਰ ਉਦੋਂ ਭੁਲੇਖਾ ਪਾਊਗਾ ਆਪਾਂ ਪਹਿਲਾਂ ਹੀ ਜੋ ਚਾਹੀਦਾ ਸਬਜ਼ੀ ਲਈ ਸਾਰੀ ਚੀਜ਼ ਕੱਢ ਕੇ ਆਪਣੇ ਕੋਲ ਰੱਖ ਲਈ ਤਾਂ ਕਿ ਫਟਾਫਟ ਕੜਾਈ 'ਚ ਪਾਈ ਚੱਲੋ ਤੇ ਕੰਮ ਕਰੀ ਚੱਲੋ ਠੀਕ ਹੈ ਹੁਣ ਇੱਥੇ q ਆਪਾਂ ਕੱਢਿਆ ਹੋਇਆ q ਕਿੰਨਾ ਆਪਣਾ tan x ਤੇ secant square ਤੇ ਨਾਲ ਇੰਟੀਗ੍ਰੇਟਿੰਗ ਫੈਕਟਰ ਵੀ ਲਿਖਣਾ ਉਹ ਕਿੰਨਾ ਕੱਢਿਆ ਆਪਾਂ e ਦੀ ਪਾਵਰ ਨਾਲ ਆ ਗਿਆ dx ਨਾਲ ਆ ਗਿਆ ਪਲੱਸ c ਹੁਣ ਸੋਲੂਸ਼ਨ ਆਪਣਾ ਉਦੋਂ ਖਤਮ ਹੋ ਜਾਊਗਾ ਜਦੋਂ ਇਸ ਇੰਟੈਗਰਲ ਦੀ ਵੈਲਿਊ ਆ ਜਾਊਗੀ ਹਾਂਜੀ ਤੇ ਆਪਣਾ ਸਾਰਾ ਕੰਮ ਕੀ ਹੋ ਜਾਊਗਾ ਖਤਮ ਹੋ ਜਾਊਗਾ ਠੀਕ ਹੈ ਹੁਣ ਇਸ ਨੂੰ ਲੈਣ ਲਈ ਮੈਂ ਇਹ ਇਕੱਲਾ ਇਹ ਚੱਕਣ ਲੱਗੀ ਹਾਂ ਬਾਕੀ ਸਾਰੀ ਚੀਜ਼ਾਂ ਸਾਰੀ ਸੈੱਟ ਹੀ ਹੈ ਇਹ ਇੰਟੈਗਰਲ ਨੂੰ ਮੈਂ ਅਲੱਗ ਤੋਂ ਸੋਲਵ ਕਰਨ ਲੱਗੀ ਹਾਂ ਲਿਖ ਕੇ ਮੈਨੂੰ ਐ ਸੌਖਾ ਲੱਗਦਾ ਨਹੀਂ ਤਾਂ ਫਿਰ ਬਾਰ ਬਾਰ ਸਾਰਾ ਇੰਨਾ ਆਹ ਚੀਜ਼ਾਂ ਦੁਬਾਰ ਦੁਬਾਰ ਤੋਂ ਲਿਖੀ ਚੱਲੂਗੀ ਕੋਈ ਗਲਤ ਨਹੀਂ ਕਰੂਗਾ ਤੁਸੀਂ ਅਲੱਗ ਤੋਂ ਇਹਨੂੰ ਕਰ ਸਕਦੇ ਮੋਗੇ ਤੋਂ ਤੂੰ ਲੁਧਿਆਣੇ ਜਾਣਾ ਰਸਤੇ 100 ਹੈ ਉਹ ਰਸਤਾ ਫੜੇਗਾ ਜਿਹੜਾ ਹਾਈਵੇ ਸਿੱਧਾ ਤੈਨੂੰ ਛੇਤੀ ਪਹੁੰਚਾਊਗਾ ਸੜਕ ਵੀ ਸਹੀ ਹੋਗੀ ਹੁਣ ਇੰਨਾ ਤਾਜ਼ਾ ਮਾਜ਼ਾ ਟੈਨਸ਼ਨ ਹੁੰਦੀ ਕਿ ਪਤਾ ਨਹੀਂ ਕਿੰਨਾ ਕੁਛ ਔਖਾ ਹੈ ਇਹਨੂੰ ਸੌਖਾ ਕਰਨ ਲਈ ਕਿਉਂ ਮੈਂ ਕੀਤਾ ਕਿਉਂਕਿ ਮੇਰੇ ਦਿਮਾਗ 'ਚ ਇਹ ਸੀਗਾ ਕਿ tan x ਦਾ ਡੈਰੀਵੇਟਿਵ ਨਾਲ ਪਿਆ ਜੇ secant square x ਨਹੀਂ ਹੁੰਦਾ ਤਾਂ ਸ਼ਾਇਦ ਮੈਂ ਨਹੀਂ ਭਰਦੀ ਕਿਉਂ ਕਿਉਂਕਿ ਫਿਰ ਉੱਥੇ dx ਵਾਲੀ ਚੀਜ਼ ਨਹੀਂ ਬਣਦੀ ਇੱਥੇ tan x ਦੀ ਆ ਨਾਲ dx ਵਾਲੀ ਚੀਜ਼ ਬਣਦੀ ਪਈ ਹੈ ਤਾਂ ਮੈਂ ਕਿਹਾ ਹੁਣ ਇਹਨਾਂ ਚੀਜ਼ ਸੌਖੀ ਵੀ ਲੱਗਦੀ ਛੋਟੀ ਛੋਟੀ ਚੀਜ਼ ਆਪਾਂ ਨੂੰ ਸੌਖੀ ਲੱਗਦੀ ਤਾਂ ਵੱਡੀ ਇੰਨੀ ਡਰ ਲੱਗਦਾ ਹਾਂਜੀ ਹੁਣ ਇੱਥੇ ਸੌਖਾ ਲੱਗ ਜੂਗਾ ਹਾਂਜੀ ਸੌਖਾ ਹੀ ਫਸਟ ਫੰਕਸ਼ਨ ਐਜ਼ ਇਟ ਇਜ਼ ਆਹਲਾ ਲਾਵਾਂਗੇ ਹਾਂਜੀ ਹੈਨਾ ਆਈ ਹੈ ਫਸਟ ਫੰਕਸ਼ਨ ਐਜ਼ ਇਟ ਇਜ਼ ਦੂਜੇ ਦਾ ਇੰਟੈਗਰਲ ਸੌਖਾ ਹੀ ਹੈ ਜੀ ਹੈਨਾ ਮਾਈਨਸ ਡੈਰੀਵੇਟਿਵ ਆਫ t ਦਾ ਡੈਰੀਵੇਟਿਵ ਇੱਕ e t ਦਾ ਇੰਟੈਗਰਲ ਹੋਵੇ ਹਾਂਜੀ d ਠੀਕ ਹੈ ਫਿਰ ਆ t e t ਮਾਈਨਸ ਆ e t ਦਾ ਇਕੱਲਾ ਇੰਟੈਗਰਲ ਹਾਂਜੀ
ਠੀਕ ਹੈ ਹੁਣ ਟੀ ਆਪਾਂ ਆਪਣੇ ਵੱਲੋਂ ਲਿੱਤੀ ਸੀ ਉਹਦੀ ਜਗ੍ਹਾ ਮੈਂ ਭਰਨ ਲੱਗੀ ਹਾਂ tan x tan x ਤੇ ਨਾਲ e ਦੀ ਪਾਵਰ tan x ਮਾਈਨਸ e ਦੀ ਪਾਵਰ tan x ਚੈਨਲਸ ਕਾਮਨ ਹੀ ਕਰਦੀ ਹੈ e ਦੀ ਪਾਵਰ tan x ਆ ਬਾਹਰ ਨਿਕਲ ਗਿਆ tan x ਮਾਈਨਸ 1 ਰਹਿ ਗਿਆ ਜੀ ਚਾਹੇ ਨਾ ਵੀ ਕਰੋ ਤਾਂ ਐਵੇਂ ਮੈਂ ਕਰਦਾ ਹੁਣ ਆ ਚੀਜ਼ ਮੈਂ ਇੱਥੇ ਭਰਦਾ ਹਾਂਜੀ ਹੈ ਨਾ ਯਾਨੀ ਕਿ ਸੋਲੂਸ਼ਨ ਆ ਗਿਆ ਆਪਣਾ y e ਦੀ ਪਾਵਰ tan x is equal to e ਦੀ ਪਾਵਰ tan x tan x minus 1 plus c ਹਾਂਜੀ ਆ ਸੋਲੂਸ਼ਨ ਆ ਗਿਆ ਸਾਰਿਆਂ ਨੂੰ ਸਮਝ ਲੱਗ